ਬਾਰੇ ਦੇਖੋ ਜੀ ਤੁਹਾਡੇ ਸਾਹਮਣੇ ਕਾਨੂੰਨ ਬਾਰੇ ਪਤਾ ਤੁਹਾਨੂੰ ਨਵਾਂ ਕਾਨੂੰਨ ਕੀ ਬਣ ਗਿਆ ਇੰਚਾਰਜ ਵੀ ਲਾ ਲੋਗੇ ਸਾਰੇ ਪਾਸੇ 18 ਸਾਲ ਤੋਂ ਘੱਟ ਕੋਈ ਵਹੀਕਲ ਨਹੀਂ ਚਲਾਊਗਾ ਬੱਚਾ ਤੁਹਾਡੀ ਉਮਰ 17 ਸਾਲ ਹੈ ਅਗਰ ਤੁਸੀਂ ਚਲਾਓਗੇ 1 ਤਰੀਕ ਤੋਂ ਬਾਅਦ ਤੁਹਾਡੇ ਫਾਦਰ ਆ ਉਹਨੂੰ ਜੇਲ੍ਹ ਹੋ ਸਕਦੀ ਹੈ 3 ਸਾਲ ਵਾਸਤੇ ਅਤੇ 25,000 ਰੁਪਇਆ ਜੁਰਮਾਨਾ ਤੁਸੀਂ ਆਪਦੇ ਫਾਦਰ ਨੂੰ ਪੇਰੈਂਟਸ ਨੂੰ ਜੇਲ੍ਹ 'ਚ ਵੇਖਣਾ ਚਾਹੁੰਦੇ ਹੋ ਫਿਰ ਤੁਸੀਂ ਇਹ ਵਹੀਕਲ ਨਹੀਂ ਚਲਾਉਣਾ ਸਾਈਕਲ ਚਲਾਉਣਾ ਉਹਨਾਂ ਦਾ ਨਹੀਂ ਠੀਕ ਹੈ ਇਹ ਗਾਈਡ ਅੱਗੇ ਵੀ ਦੱਸਣਾ ਅਤੇ ਆਪ ਵੀ ਲਾਗੂ ਕਰਨਾ ਸੋ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਸਰ ਕਈ ਬੱਚਿਆਂ ਨੂੰ ਪਤਾ ਨਹੀਂ ਗਾ ਫਿਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਮੀਡੀਆ ਰਾਹੀਂ ਵੀ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ 18 ਸਾਲ ਤੋਂ ਘੱਟ ਕੋਈ ਵੀ ਆਪਣਾ ਜਿਹੜਾ ਬੱਚਾ ਵਹੀਕਲ ਨਾ ਚਲਾਵੇ ਨਹੀਂ ਤਾਂ ਉਹਦੇ ਜਿਹੜੇ ਫਾਦਰ ਹੈ ਉਹਨੂੰ ਮੁਸ਼ਕਲ 'ਚ ਆ ਸਕਦੇ ਹੈ 3 ਸਾਲ ਦੀ ਕੈਦ ਹੈ ਅਤੇ 25,000 ਜੁਰਮਾਨਾ ਹੋ ਸਕਦਾ ਸੋ ਬਚ ਕੇ ਰਹੋ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸ਼੍ਰੀ ਮੁਕਤਸਰ ਵਿਖੇ ਜਿਹੜੇ ਲੋਕ ਕਾਗਜ਼ਾਂ ਤੋਂ ਮੁਕੰਮਲ ਨਹੀਂ ਰੱਖਦੇ ਆਪਣੇ ਕੋਲ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਜੀ ਤਕਰੀਬਨ ਅਸੀਂ ਹੁਣ ਤੱਕ ਜਿਹੜੇ ਆ 18 ਕੁ ਚਲਾਨ ਕੱਟ ਚੁੱਕੇ ਹਾਂ ਔਨਲਾਈਨ ਚਲਾਨ ਕੱਟ ਚੁੱਕੇ ਹਾਂ ਉਹਨਾਂ ਦੇ ਅਸੀਂ ਔਰ ਜਿਹੜੇ ਬੱਚਿਆਂ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਉਹ ਅਸੀਂ ਕਹਿ ਰਹੇ ਹਾਂ ਵੀ 31 ਅਗਸਤ ਤੱਕ ਤੁਹਾਡੇ ਕੋਲ ਟਾਈਮ ਜੁਲਾਈ ਤੱਕ ਟਾਈਮ ਹੈ ਤੁਹਾਡੇ ਕੋਲ 1 ਅਗਸਤ ਤੋਂ ਉਹਨਾਂ ਦੇ ਚਲਾਨ ਸਟਾਰਟ ਹੋ ਜਾਣੇ ਔਰ ਪੇਰੈਂਟਸ ਨੂੰ ਬਹੁਤ ਵੱਡੀ ਮੁਸ਼ਕਲ ਨਾਲ ਸਾਹਮਣਾ ਕਰਨਾ ਪਊਗਾ ਇਸ ਕਰਕੇ ਪੇਰੈਂਟਸ ਵੀ ਜਾਗਰੂਕ ਹੋਣ ਆਪਦੇ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਨਾ ਦੇਣ ਕਿਉਂਕਿ 18 ਸਾਲ ਤੋਂ ਘੱਟ ਕੋਈ ਵੀ ਬੱਚਾ ਸਕੂਟਰ ਮੋਟਰਸਾਈਕਲ ਨਹੀਂ ਚਲਾ ਸਕਦਾ ਸੋ ਜਿਹੜੇ ਇਹ ਚਲਾਨ ਕੀਤੇ ਜਾ ਰਹੇ ਆ ਮੁਕਤਸਰ ਦੇ ਵਿੱਚ ਜਿਨ੍ਹਾਂ ਦੇ ਕਾਗਜ਼ਾਤ ਕਿਸੇ ਕੋਲ ਡਰਾਈਵਰੀ ਲਾਇਸੈਂਸ ਨਹੀਂ ਗਾ ਜਾਂ ਸਕੂਟਰ ਮੋਟਰਸਾਈਕਲ ਦੇ ਕਾਗਜ਼ਾਤ ਪੂਰੇ ਨਹੀਂ ਕਾਰ ਜੀਪ ਦੇ ਹੋ ਗਏ ਤਾਂ ਉਹਨਾਂ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਆ ਇੱਕ ਸਰ ਜੀ ਜਿਸ ਤਰ੍ਹਾਂ ਕੋਈ ਗੁਆਂਢੀਆਂ ਦਾ ਕੋਈ ਮੋਟਰਸਾਈਕਲ ਲੈ ਕੇ ਚਲਾਇਆ ਤਾਂ ਮਾਪੇ ਦਾ ਕਹਿਣਗੇ ਕਿ ਅਸੀਂ ਤਾਂ ਮੋਟਰਸਾਈਕਲ ਦਿੱਤਾ ਨਹੀਂ ਗੁਆਂਢੀ ਲੈ ਗਿਆ ਇਹ ਕਾਰਵਾਈ ਉਹਨਾਂ 'ਤੇ ਹੋਊਗੀ ਦੇਣਗਾ ਮੋਟਰਸਾਈਕਲ ਵਾਲਿਆਂ 'ਤੇ ਕਿ ਜੇ ਮਾਪਿਆਂ 'ਤੇ ਹੋਏਗੀ ਹਾਂਜੀ ਇਹ ਜਿਹੜੀ ਕਾਰਵਾਈ ਹੈ ਜਿਹੜਾ ਮੋਟਰਸਾਈਕਲ ਜਾਂ ਕਾਰ ਜੀਪ ਵਿਅਕਤੀ ਦੇਊਗਾ ਉਹਦੇ ਵਰਖਲਾ ਪਰਚਾ ਦਰਜ ਹੋ ਜਾਣਾ ਜੀ ਜੇਕਰ ਬਿਨਾਂ ਲਾਇਸੈਂਸ ਤੋਂ ਕਿਸੇ ਬੱਚੇ ਨੂੰ ਕੋਈ ਆਪਦਾ ਸਕੂਟਰ ਮੋਟਰਸਾਈਕਲ ਲੈ ਕੇ ਦੇ ਕੇ ਭੇਜਦਾ ਮੰਨ ਲਓ ਜਿਵੇਂ ਸਕੂਲ ਦੇ ਵਿੱਚ ਹੀ ਆ ਟੀਚਰ ਸਾਹਿਬਾਨ ਕਹਿ ਦਿੰਦੇ ਆ ਜਾਂ ਹੀ ਮੇਰਾ ਮੋਟਰਸਾਈਕਲ ਲੈ ਜਾ ਫਲਾਨੀ ਚੀਜ਼ ਫੜ ਲਿਆ ਜਾ ਕੇ ਤਾਂ ਉਸ ਟੀਚਰ 'ਤੇ ਪਰਚਾ ਦਰਜ ਹੋਊਗਾ ਜਿਹੜਾ ਮੋਟਰਸਾਈਕਲ ਦੇਊਗਾ ਸਾਡੇ ਪੰਜਾਬ ਦੇ ਮਾਣਯੋਗ ADGP ਟ੍ਰੈਫਿਕ ਸ਼੍ਰੀ AS ਰਾਏ ਅਤੇ ਮਾਣਯੋਗ SSP ਸ਼੍ਰੀ ਬਾਗੀਰਾ ਸਿੰਘ ਮੀਨਾ ਜੀ ਦੇ ਦਿਸ਼ਾ ਨਿਰਦੇਸ਼ 'ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਸੁਖਦੇਵ ਸਿੰਘ ਜੀ ਦੀ ਅਗਵਾਈ ਹੇਠ ਅੱਜ ਮੁਕਤਸਰ ਦੇ ਵੱਖ-ਵੱਖ ਚੌਂਕਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਜੋ ਬੱਚੇ ਸੜਕਾਂ 'ਤੇ ਵਾਹਨ ਚਲਾਉਂਦੇ ਹਨ ਜੋ ਕਿ 1 ਤਰੀਕ ਨੂੰ ਇੱਕ ਨਵਾਂ ਰੂਲ ਪਾਸ ਹੋਣ ਜਾ ਰਿਹਾ ਹੈ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਏਗਾ ਤਾਂ ਉਸ ਵਾਹਨ ਦਾ 25,000 ਰੁਪਏ ਜੁਰਮਾਨਾ ਅਤੇ ਵਾਹਨ ਚਾਲ ਜਿਹੜਾ ਮਾਲਕ ਹੈ ਉਸ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ ਨਾਲ ਹੀ ਸਾਡੀ ਮੁਕਤੀਸਰ ਵੈਲਫੇਅਰ ਕਲੱਬ ਦੀ ਟੀਮ ਲੋਕਾਂ ਨੂੰ ਇਹੀ ਅਵੇਅਰ ਕਰ ਰਹੀ ਹੈ ਮਾਪਿਆਂ ਨੂੰ ਕਿ 1 ਤਰੀਕ ਤੋਂ ਬਾਅਦ 1 ਅਗਸਤ ਤੋਂ ਬਾਅਦ ਆਪਣੇ ਬੱਚਿਆਂ ਨੂੰ ਵਾਹਨ ਨਾ ਦਿਓ ਜੇਕਰ ਵਾਹਨ ਦਿੰਦੇ ਹੋ ਤਾਂ ਜਿਹੜਾ ਇਲੈਕਟ੍ਰੋਨਿਕ ਵਾਹਨ ਹੈ ਲੋਕਾਂ 'ਚ ਬਹੁਤ ਤਕੜੀ ਗਲਤ ਫਹਿਮੀ ਇਹ ਹੋ ਚੁੱਕੀ ਹੈ ਕਿ ਇਲੈਕਟ੍ਰੋਨਿਕ ਵਾਹਨ ਦਾ ਚਲਾਨ ਨਹੀਂ ਹੋ ਸਕਦਾ